ਨਾਮ ਹੈ ਉਸ ਹਸਤੀ ਦਾ ਕੋਈ ਨਹੀਂ ਦੱਸਣਾ ਚਾਹ ਰਿਹਾ ਜਿਹਦਾ ਮੈਂ ਸ਼ੇਰ ਪਿਆ ਪੜ੍ਹਨਾ। ਤੁਹਾਡੀ ਸੁਭਾਨ ਅੱਲਾਹ ਮੈਨੂੰ ਦੱਸਦੇ ਸੀ ਕਿ ਤੁਹਾਨੂੰ ਉਸ ਹਸਤੀ ਦਾ ਪਤਾ ਹੈ। ਮੈਂ ਨਬੀ ਦੀ ਸ਼ਾਨ ਸਰਦਾਰਾਂ ਦੀ ਸ਼ਾਨ ਤਾਂ ਬੜੀ ਪੜ੍ਹੀ, ਲੇਕਿਨ ਇੱਕ ਸ਼ੇਰ ਮੈਂ ਪੜ੍ਹਨਾ ਚਾਹੁੰਦਾ ਉਸ ਹਸਤੀ ਦਾ ਕਿ ਜਿਸ ਹਸਤੀ ਦਾ ਮੈਂ ਤੁਹਾਨੂੰ ਨਾਂ ਨਹੀਂ ਦੱਸਣਾ, ਸ਼ੇਰ ਦੇ ਐਂਡ ਤੇ ਅਗਰ ਤੁਹਾਨੂੰ ਪਤਾ ਲੱਗ ਜਾਵੇ ਤਾਂ ਸੁਭਾਨ ਅੱਲਾਹ ਸੁਣਾ ਹੀ ਸੋਚਾ। ਵਰਨਾ ਕੋਈ ਗੱਲ ਨਹੀਂ, ਮੈਂ ਖੁਦ ਜ਼ੌਕ ਆਲਾ, ਤਾਬਿਜ਼ ਭਾਈ ਜ਼ੌਕ ਨਾਲ, ਅਲਾਮਾ ਸਾਹਿਬ ਜ਼ੌਕ ਨਾਲ ਬੈਠੇ ਨੇ ਔਰ ਸਟੇਜ ਵਾਲਿਆਂ ਕੋਲ ਦਾਦ ਲਾਏ ਕਿ ਮੈਂ ਆਪਣੀ ਨੌਕਰੀ ਮੁਕੰਮਲ। ਉਸ ਅਜ਼ੀਮ ਹਸਤੀ ਦਾ ਸ਼ੇਰ ਹੈ ਕਿ ਉਹ ਆਦੀ ਹੈ ਕਿ ਜਿਵੇਂ ਮੈਂ ਪਹੁੰਚੀ ਹਾਂ ਮਕਸਦ ਨੂੰ ਨਹੀਂ ਪਹੁੰਚਿਆ ਜ਼ੁਲ ਕਰਨੇ ਨੇ। ਨਹੀਂ ਸੁਭਾਨ ਅੱਲਾਹ, ਸੁਭਾਨ ਅੱਲਾਹ, ਹਾਂਜੀ ਪਤਾ ਲੱਗ ਗਿਆ ਨਾ ਤਾਬਿਜ਼ ਭਾਈ, ਕਿਉਂਕਿ ਦਿਨ ਰਾਤ ਮਹਿਫਲਾਂ ਦੇ ਵਿੱਚ ਨੇ, ਪਤਾ ਲੱਗ ਗਿਆ ਉਹਨਾਂ ਨੂੰ ਕਿ ਮੈਂ ਕਿਸ ਹਸਤੀ ਦਾ ਜ਼ਿਕਰ ਕਰਨ ਲੱਗਾ। ਜਿਹੜੇ ਬੰਦੇ ਪਹਿਲੀ 70 ਤੇ ਨਹੀਂ ਬੋਲੇ ਉਹ ਹੁਣ ਬਿਲਕੁਲ ਨਾ ਬੋਲਿਆ ਹੈ। ਇਹ ਅਲਹਮਦੁਲਿਲਾ ਤਾਬਿਜ਼ ਭਾਈ ਮੈਨੂੰ ਫਖਰ ਇਸ ਗੱਲ ਦਾ ਕਿ ਅੱਗੇ ਕੋਈ ਸਾਡੇ ਸਟੇਜਾਂ ਤੇ ਆਲੇ ਮੁਹੰਮਦ ਦਾ ਜ਼ਿਕਰ ਕਰਿਆ ਤੇ ਬੰਦੇ ਫਤਵੇ ਲਾ ਛੁੜਦੇ ਹਨ, ਪਤਾ ਨਹੀਂ ਵੱਖਰੇ ਵੱਖਰੇ ਫਤਵੇ, ਲੇਕਿਨ ਅਲਹਮਦੁਲਿਲਾ ਸਾਨੂੰ ਇਹ ਸਾਦਾ ਤੇ ਆਲੇ ਮੁਹੰਮਦ ਦਾ ਜ਼ਿਕਰ ਦੀ, ਸਾਡੇ ਸਟੇਜਾਂ ਤੋਂ ਅਸਾਬਾ ਦਾ ਜ਼ਿਕਰ ਵੀ ਹੈ, ਸਾਡੇ ਸਟੇਜ ਤੇ ਅਹਲੇ ਬੈਤ ਦਾ ਜ਼ਿਕਰ ਵੀ ਹੈ, ਅਜ਼ੀਮ ਹਸਤੀਆਂ ਦਾ ਜ਼ਿਕਰ ਸਾਡੇ ਸਟੇਜ ਤੋਂ ਤੁਹਾਨੂੰ ਮਿਲ ਸੀ। ਲਓ ਜਿਸ ਹਸਤੀ ਦਾ ਜ਼ਿਕਰ ਪਿਆ ਕਰਨਾ, ਤੁਹਾਡੀ ਸੁਭਾਨ ਅੱਲਾ ਜਿਤਨੀ ਵੀ ਬੁਲੰਦ ਹੋਵੇ ਤਾਂ ਵੀ ਉਸ ਦਾਦ ਮੇਰੀ ਪੂਰੀ ਨਹੀਂ ਹੋ ਸਕਦੀ ਜਿਵੇਂ ਮੈਂ ਪਹੁੰਚੀ ਹਾਂ ਮਕਸਦ ਨੂੰ। ਬਾਈਜਾਨ ਨਹੀਂ ਪਹੁੰਚਿਆ ਜ਼ੁਲ ਕਰਨੇ ਨੇ, ਉਹ ਫਰਮਾਈਂਦੀ ਹੈ ਕਿ ਮੈਂ ਪਾਕ ਬਤੂਲ ਦੀ ਬਾਂਦੀ ਹਾਂ। ਜਿਹੜੇ ਖੁਸ਼ ਬੈਠੇ ਬੋਲੋ ਸੁਭਾਨ ਅੱਲਾ, ਪਤਾ ਲੱਗ ਗਿਆ ਤੁਹਾਨੂੰ ਯਾਰ ਕੀ ਮਿਹਰਬਾਨੀ। ਹਾਂ ਮੈਂ ਜਿਵੇਂ ਮੈਂ ਪਹੁੰਚੀ ਹਾਂ ਮਕਸਦ ਨੂੰ, ਹਾਲੀ ਇੱਥੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਾ ਮੈਂ ਕਈ ਦੀ ਗੱਲ ਕਰ ਰਿਹਾ, ਮੈਂ ਜਿਵੇਂ ਮੈਂ ਪਹੁੰਚੀ ਹਾਂ ਮਕਸਦ ਨੂੰ, ਨਹੀਂ ਪਹੁੰਚਿਆ ਜ਼ੁਲ ਕਰਨੇ ਨੇ ਔਰ ਮੈਂ ਪਾਕ ਬਤੂਲ ਦੀ ਬਾਂਦੀ ਹਾਂ। ਜਿਹੜੀ ਮਰੀਮ ਦੀ ਵੀ ਸਹਿਣੇ ਔਰ ਮੈਨੂੰ ਹਸਨ ਹੁਸੈਨ ਨੇ ਮਾਂ ਸਦਿਆ ਏ, ਮੌਲਾ ਅਲੀ ਸਦਿਆ ਭੈਣੇ, ਉੱਥੇ ਸਿਰਫ ਹਬਸ਼ ਦੀ ਮਲਕਾ ਹਮ ਇੱਥੇ ਕਬਜ਼ੇ ਵਿੱਚ ਤਾਰੇ ਨੇ। ਹਾਏ ਹਾਏ ਹਾਏ, ਤੁਹਾਨੂੰ ਪਤਾ ਹੀ ਨਹੀਂ ਲੱਗਾ ਮੈਂ ਭਾਈ ਕਈ ਨਿਸ਼ਾਨ ਪੜ ਗਿਆ। ਚਲੋ ਆਸਾਨ ਚ ਕਰਾਂ ਤਾਬੇਸ਼ ਭਾਈ, ਅਰੇ ਫਿਜ਼ਾ ਤੇਰੀ ਵਫਾ ਪੇ ਸ਼ੱਕ ਕੌਣ ਕਰੇਗਾ। ਉਸ ਲੌਂਡੀ ਦਾ ਔਰ ਉਸ ਖਾਦਮਾ ਦਾ ਜ਼ਿਕਰ ਹੈ ਜੇ ਹਬਸ਼ ਦੇ ਤਖਤ ਨੂੰ ਛੱਡਿਆ ਆ ਕੇ ਮਦੀਨੇ ਸੈਦਾਂ ਦੀ ਨੌਕਰ ਬਣੇ। ਤੇ ਜਿਹੜੇ ਬੰਦੇ ਪਾਕ ਫਿਜ਼ਾ ਦੀ ਸ਼ਾਨ ਤੇ ਨਹੀਂ ਬੋਲੇ, ਪਿਛਲੇ ਬੰਦੇ ਸੁਚੇਂਦਰ ਆ ਗਏ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਤੇ ਸ਼ਫਕਤ ਮੇਰੇ ਵੀ ਅੱਗੇ ਟੁਰ ਗਿਆ। ਲਓ ਐ ਫਿਜ਼ਾ ਤੇਰੀ ਵਫਾ ਪੇ ਸ਼ੱਕ ਕੌਣ ਕਰੇਗਾ, ਅਬ ਤੋ ਤੁਝੇ ਗਾਜ਼ੀ ਅਬਾਸ ਨੇ ਵੀ ਵਫਾਦਾਰ ਕਹਿ ਦਿਆ। ਹਾਂ ਜੀ ਜੀ ਜੀ, ਮਿਹਰਬਾਨੀ, ਕਿਆ ਬਾਤ ਹੈ ਤੁਹਾਡੀ, ਉਸ ਬੰਦੇ ਦੀ ਕਿਆ ਬਾਤ ਹੈ ਜਿਹੜਾ ਨਹੀਂ ਬੋਲਿਆ। ਚਲੋ ਮੈਂ ਆਖਰੀ ਚਾਂਸ ਦੇਣਾ ਤੇ ਨੌਕਰੀ ਮੇਰੀ ਮੁਕੰਮਲ। ਹੁਣ ਤਾਬਿਸ਼ ਭਾਈ ਉਸ ਅਜ਼ੀਮ ਆਸਤਾਨੇ ਦਾ ਪੈਗਾਮ ਆਸਤਾਨਾ ਯਾਰ, ਇਹ ਗੋਲਡਾ ਸ਼ਰੀਫ ਜਿਹੜੇ ਗੋਲਡੇ ਦੇ ਨੌਕਰ ਬੈਠੇ ਹੋ, ਬਿਲਾਵ ਕਾਜ਼ੀ ਅਕਸ਼ ਸੁਭਾਨ ਅੱਲਾਹ ਉੱਚੀ, ਜਿਹੜਾ ਆਇਆ ਪੀਰ ਸੈਯਦ ਨਸੀਰਉਦੀਨ ਸ਼ਾਹ ਸਾਹਿਬ ਦੇ ਉਸ ਤੇ ਆਖਰੀ ਪੈਗਾਮ ਮਿਲਿਆ। ਤਾਬਿਸ਼ ਭਾਈ ਤੁਹਾਡੀ ਮੌਜੂਦਗੀ ਤੋਂ ਫਾਇਦਾ ਉਠਾਉਂਦੇ ਹੋ ਆ, ਉਹ ਮੈਂ ਸ਼ੇਰ ਪਿਆ ਪੜਨਾ ਤੇ ਇਸ ਸ਼ੇਰ ਤੇ ਵੀ ਮੈਨੂੰ ਪਤਾ ਕਿ ਸਾਰਿਆਂ ਦਾ ਸੁਭਾਨ ਅੱਲਾਹ ਕਾਇ ਨਹੀਂ ਆਖਣੀ। ਅੱਧੇ ਬੰਦੇ ਬੋਲੇ ਸ਼ਰਮ ਬੇਸ਼ੱਕ, ਇੱਕ ਬੰਦਾ ਹੀ ਨਾ ਬੋਲੋ, ਮੇਰੇ ਤੇ ਜ਼ਰੂਰ ਹੀ ਆਪਣੇ ਮੁਰਸ਼ਿਦ ਦਾ ਪੈਗਾਮ ਪਹੁੰਚਾਉਣਾ। ਬਾਦ ਤਹਕੀਕ ਅਹਦੀਸ ਔਰ ਰਿਵਾਇਤ ਨਸੀਰ, ਬਾਰੀ ਸਾਹਿਬ ਬਹੁਤ ਸ਼ੁਕਰੀਆ। ਬਾਦ ਇਹ 70 ਤੋਂ ਬਾਅਦ ਪਤਾ ਨਹੀਂ ਅਗਲੇ 70 ਤੇ ਤੁਹਾਡੇ ਨਾਲ ਕੀ ਬਣਨਾ ਹੈ। ਬਾਦ ਤਹਕੀਕ ਅਹਦੀਸ ਔਰ ਰਿਵਾਇਤ ਨਸੀਰ, ਮੇਰਾ ਦਿਲ ਕਾਇਲ ਇਮਾਨ ਅਬੂ ਤਾਲਿਬ ਹੈ। ਜਿਸਨੇ ਪਾਲਾ ਮੁਹੰਮਦ ਕੋ ਵੋ ਹੋ ਗਿਆ ਕਾਫਿਰ ਔਰ ਕਾਤਲ ਹੁਸੈਨ ਮੁਸਲਮਾਨ ਹੋ ਗਿਆ। ਅਰੇ ਮੁਫਤੀ ਜੀ ਮਿਹਰਬਾਨੀ, ਜੀ ਮਿਹਰਬਾਨੀ, ਜਿਹਨੂੰ ਪਤਾ ਲੱਗ ਗਿਆ ਮੈਂ ਕਿੱਥੋਂ ਖਲਾ ਪੜਨਾ, ਇਹ ਉੱਤੋਂ ਦੀ ਨੌਕਰੀ ਨਹੀਂ ਹੈ, ਦਿਲ ਵਾਲੀ ਨੌਕਰੀ ਹੈ। ਤੇ ਕਈ ਬੰਦੇ ਮੈਨੂੰ ਘਰ ਦਾ ਪੀਰ ਸਮਝੀ ਬੈਠੇ, ਨਾ ਮੈਂ ਘਰ ਦਾ ਪੀਰ ਆ ਨਾ ਮੈਂ ਝੋਲ ਦਾ ਵੱਟਾਂ, ਪਾਕਾਂ ਦੀ ਮਿਹਰਬਾਨੀ ਅਲਹਮਦੁਲਿਲਾ ਪੂਰੇ ਮੁਲਕ ਚ ਨੌਕਰੀ ਹੈ। ਮੈਂ ਮੁੜ ਪਿਆ ਨਾਰੇ ਮੁਫਤੀ ਜੈ ਸ਼ਾਨ ਇਮਰਾਨ ਦੀ ਨਹੀਂ ਸਮਝੀ, ਹੁਣ ਇਹ ਬੰਦੇ ਖੜੇ ਹੋ ਕੇ ਬੋਲਣ ਸਜਾਦ ਬੈਦਾਦ ਪੂਰੀ ਨਹੀਂ, ਜੈ ਸ਼ਾਨ ਅਬੂ ਤਾਲਿਬ ਦੀ ਨਹੀਂ ਸਮਝੀ, ਉਹਦੀ ਸਮਝੋ ਅਕਲ ਮੁਸਾਫਿਰ ਹੈ, ਉਹਦੀ ਸੋਚ ਦੀ ਇਸ ਪਾਮਾਲੀ ਵਿੱਚ ਇਹ ਫਲਸਫਾ ਜ਼ੇਨ ਤੂੰ ਕਾਸਰ ਹੈ, ਜੇਕਰ ਮੇਯਾਰ ਮੁਹੰਮਦ ਹੈ ਮੈਨੂੰ ਖੁੱਲ ਕੇ ਮੁਫਤੀ ਇਤਨਾ ਦੱਸ, ਤੂੰ ਜਾਲੀ ਚੁੰਮ ਕੇ ਹਾਜੀ ਹੈ ਜੈ ਚਾਹ ਕੇ ਪਾਲਿਆ ਕਾਫਿਰ ਹੈ। ਜ਼ੋਰ ਤੱਕ ਹੀ ਅਲੱਗ, ਹੁਣ ਉਸ ਬੰਦੇ ਨੂੰ ਖੜਾ ਕਰੀਏ ਜਾਏ, ਹੁਣ ਤਾਂ ਸੁਭਾਨ ਅੱਲਾਹ ਨਹੀਂ ਆਖੀ, ਕੋਈ ਇੰਜ ਨਾ
آکھے کہ میں گھروں چپ کر کے گیا تے شفقت میری میں سبحان اللہ نہیں اکوا سکیا. سب لوگ درندے بن ویندے اج کوئی انسان نہ ہوندا. سبحان اللہ سبحان اللہ. اب اس بھائی اتحاد نماز تے روزے دا اج نام نشان نہ ہوندا. سبحان اللہ. آباد نہ ہوندی کوئی مسجد. او گھر گھر قرآن نہ ہوندا. اسلام عرب وچ مک ویندا جے گھر عمران نہ ہوندا. جے شان دی مہربانی شاہ جی. جے شان ابو طالب دی نہیں سمجھی او دی سمجھو عقل مسافر ہے. او دی سوچ دی اس پامالی وچ اے فلسفہ ذہن تو وافر ہے جے کر معیار محمد ہے. مینوں کھل کے مفتی اتنا دس تو جالی چوم کے حاجی ہیں جے چا کے پالیا کافر. تابش بھائی شوگر دے مریض نو میٹھا نہیں پچدا. یورک ایسڈ دے مریض نو وڈا گوشت نہیں پچدا. اچھا دل دے مریض نو گھیو نہیں پچدا. انے گندے خون والے نو آل محمد دا ذکر ہی نہیں پچدا. باٹو دے ملا نال تو سمجھ چلا چنا دے علاقے نال باٹو دے ملا نال تے بندہ چڑھے بیڑی تے اے نہیں ہو سکدا. ہوں ٹر جائے بندہ جہاں نہیں بولنے آیا جہاں سا ٹائم پاس اپنا ٹائم پاس کرنا آیا تو سانوں ویکھنا جائے ہوگی وٹ ملا نال تے بندہ چڑھے بیڑی تے کبلا وٹ ہوے ڈاکٹر نال تے بندہ مڑ آکڑ کے ہسپتال وڑے. وٹ ہوے تھانے دار نال مڑ بندہ تھانے چ جا کے آکڑ نال کام کراوے اے نہیں ہوندا. تے مڑ وٹ ہوے جنت دے سرداراں نال تے بندہ جنت وچ منہ چا کے جاوے. ہاں وٹ ہوے جنت دے سرداراں نال ریاض روڑے تا روز دیندا اے کدی انا دا پہاڑ ڈٹھئی ہتے کو روزی دا روز چکر نہ پو دا پتا نہ ہاڑ ڈٹھئی. بلا علی جو ہے شرط واجب او ولی نہ مننے ولی نہیں راندے. تو ملا ہو کے علی تو پھر گئے بہشت منگنا ابو تھان ڈٹھئی. ہاں تو ملا ہو کے علی تو پھر گئے. ارے مفتی یہ کس کے کفر کا اعلان ہو گیا جی مہربانی. اللہ میری نئے پیغام آئی جیڑا تواڈے تک پہنچ گیا ہے. شمر کے ہاتھ میں خنجر نے خود کشی کر لی. ابیش بھائی تساں نہ بیٹھو نہ میں پتہ ہی گلا کر رہا. شمر کے ہاتھ میں خنجر نے خود کشی کر لی. ارے گلے تو سارے کٹے پر مرا کوئی بھی نہیں. اللہ میری نہ کوئی تواڈی حاضری اپنی بارگاہ وچ قبول فرماوے. عالم اسلام دا بہت بڑا نام اندلی بے گلستان ریاض رسول واجب الاحترام اخر عباس تابش صاحب جنہ کی آئی کہ کمزور ہاں میں پر شکوہ نہیں دل شان دے نال دا دتا ہے. ہوں کیونکہ ماحول بن گیا ماشاء اللہ میرے عبد الحکیم میں تھوڑی تعریفاں کرے نا پورے ملک کے جا کے. آج تو ماشاء اللہ میری عزت رکھ لئیے بالکل تیار ہو گئے ہو. پچھلے بندے ماشاء اللہ فٹ ہو گئے ہو نبی دا ذکر سننے واسطے. انہاں کہے کہ کمزور ہاں میں پر شکوہ نہیں دل شان دے نال دا دتا ہی. میرا اللہ تیرا لکھ لکھ شکر ادا کرنا مینوں دار لجپال دا دتا ہی اور تابش نو ناتا آکھن لئی آواز کمال دا دتا ہی. تیرا اے احسان وی گھٹ کوئی نہیں سانو رزق حلال دا دتا ہی. لنگر پکدے راندن مورچی دے صدقے یقین تابش بھائی یقین اتے چل دین شک تے نہیں چل دے. کئی بندے سنے آئے حق تے نہیں چل دے. ایسے لنگر تے کرنے آئے موجاں ساڑے کوئی سونے یا ٹراک تے نہیں چل دے. اسی یہ لنگر ہے آل محمد دا جیڑا کھمنے آئے ساڑی ماشاءاللہ اس تا بڑیاں ودیاں. اللہ تعالیٰ سلامت رکھے. لو عظیم سنا خان جناب بھائی فخر عباس تابے صاحب آپ تشریف لائمن سرکار دی بارگاہ سونی نفری کریں تواڈے ساڈے قلوب و اذان متر کریں. ہوں جی میں جناب ابو طالب علیہ السلام دا ذکر سن کے ماشاءاللہ تواڈے چہرے تے مسکراہٹ آ گئی ہے. تسا نبی دے نکاح خان دے ذکر وچ بول رہے ہو. اللہ تواڈی عزت بلند کرے. ایک محبت والا نعرہ سناؤ پتہ لگے کہ میرے عبد الحکیم دے لوگ ماشاءاللہ نبی دے نوکر نے. نعرہ تکبیر طبیعت صحت فیٹے ہو سکتا زندگی دی آخری رات ہوے اتھو نکلیے تے اپنو موت آ جاوے زندگی دا آخری نعرہ سمجھ کے. نعرہ رسالت سارے سینے دا ٹن لا کے نعرہ رسالت سارے مل کے جیندا علی امام ات بلند کر کے نعرہ حیدری. ہی بھلو وے تہاڈا نعرہ حیدری نعرہ موسیٰ. خوشبو والا اپنا پیر بھائی ہے ماشاءاللہ گوڑلے دا نوکر ہے. اے تواڈے تا خوشبو اپڑی سی. خوشبو نال پیار کرنا میرے آقا دی سنت ہے. تھوڑا جے انہاں نال تاون کر سو او تے بچیاں دی روٹی بن جاسی. اے بابا ریوڑیاں وچ ایندا ودا اے تے کول 10000 روپے دا ریوڑیاں دا پیکٹ ہی لائے لو. چلو ریوڑیاں سبحان اللہ کھم دے رہیا تے نال نال سبحان اللہ یا کے رکھیا تاکہ او تے بچیاں دی روزی بن جاسی. جناب بھائی فخر عباس تابی صاحب